ਉਹ ਅੱਖੀਆਂ ਨੂੰ ਜਗਰਤੇ ਦੇਗੀ ਖੁਸ਼ੀਆਂ ਮੇਰੀਆਂ ਨਾਲ ਹੀ ਲੈ ਗਈ ਜੋ ਦੋਆਂ ਸੁਪਨੇ ਤੋੜੇ ਉਹ ਮੈਂ ਸਾਰੇ ਗਿਣਦਾ ਆਂ ਉਹ ਡਾਲਰ ਗਿਣ ਜੀਏ ਤੇ ਮੈਂ ਤਾਰੇ ਗਿਣਦਾ ਆਂ ਉਹ ਗਲినੜ ਲਾਲੇ ਗੈਰੀਆ ਹੁਸੈਨੇ ਪਿਆਰ ਮੇਰੇ ਨੂੰ ਮਾਰ ਕੇ ਠੇੜੋ ਅਬ ਬਾਤ ਹੈ ਬਹੁਤ ਹੀ ਸੋਹਣਾ ਗਾਉਂਦੇ ਨੇ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਕਹਦਾ ਰੁਕਿਓ ਨਾ ਹੋਰ ਸੁਣਾ ਦੋ ਲਗੀ ਹੋਣੀ ਹੁਕਮ ਦੀਏ ਵਿੱਚ ਕਨੇਡਾ ਜੋ ਜਾਇਆ ਨਾ ਲਾਏ ਗੁਣਾ ਉਤੇ ਲਾ ਰਹਿ ਗਿੰਦਾ ਆ ਦਰਸ਼ਕਾਂ ਨੂੰ ਕਹਿੰਦੇ ਆ ਜੀ ਸਪੋਰਟ ਕਰੋ ਜੇ ਵਧੀਆ ਲੱਗਦਾ ਗਾਣਾ ਜੀ ਉਦਾਂ ਤੇ ਗਰੀਬੀ ਜਿਹਾ ਤਾਂ ਕਰਕੇ ਥੋੜਾ ਘਟ ਘਟ ਗਾਈਦਾ ਮਿੱਠੀ ਮਿੱਠੀ ਕੋ ਕਮਾਇਆ ਮੈਨੂੰ ਯਾ ਦੇ ਆਮਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੋ ਕਮਾਇਆ ਮੈਨੂੰ ਯਾ ਦੇ ਆਮਦਾ ਹੁਣ ਇਹਨਾਂ ਦੀ ਮਰਜ਼ੀ ਆ ਆਨੇ ਪੜਵੀ ਲਓ ਤੇ ਜੋ ਆਪਣਾ ਤੁਹਾਡਾ ਦਿਲ ਕਰਦਾ ਵਾ ਗਾਓ ਵਜਾਓ ਰਿਆਜ਼ ਕਰੋ ਤੇ ਅੱਗੇ ਵਧੋ ਦੁਨੀਆਦਾਰੀ ਵੀ ਤੁਹਾਨੂੰ ਵੇਖ ਕੇ ਖੁਸ਼ ਹੋਊਗੀ ਮਾਪੇ ਵੀ ਤੁਹਾਨੂੰ ਵੇਖ ਕੇ ਖੁਸ਼ ਹੋਊਗਾ ਵੰਸ਼ ਦੇ ਡਾਂਟ ਵਗੈਰਾ ਵੀ ਪੈਂਦੀ ਹੈ ਵੰਸ਼ ਸਾਰਾ ਦਿਨ ਘੁੰਮਦੇ ਫਿਰਦੇ ਹੋ ਜਾਂ ਫਿਰ ਇੱਕ ਟਾਈਮ ਰੱਖਿਆ ਹੋਇਆ ਤੁਸੀਂ ਨਹੀਂ ਜਿੱਦ ਅਗਲੀਆਂ ਵਿੱਚ ਘੁੰਮਦਾ ਉਦੋਂ ਜਾਲੀਆਂ ਵਿੱਚ ਘੁੰਮਦਾ ਗੋਲ ਤੂੰ ਸਜਣਾ ਰੱਬ ਦੇ ਨਾਂ ਵਰਗਾ ਕਿਤੇ ਆਉਂਦੇ ਜਾਂਦੇ ਸਾਂ ਵਰਗਾ ਤੂੰ ਸਜਣਾ ਰੱਬ ਦੇ ਨਾਂ ਵਰਗਾ ਕਿਤੇ ਆਉਂਦੇ ਜਾਂਦੇ ਸਾ ਵਰਗਾ ਤੈਨੂੰ ਪਾਉਣ ਲਈ ਹਸਿਵੇਂ ਸਜਣਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਕਰ ਹੀ ਨਹੀਂ ਸਕਦੇ ਐ ਤੇਰੇ ਵੇ ਨਾ ਮਰ ਤਾ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਰੰਗਲਾ ਟੀਵੀ ਮੈਂ ਹਾਂ ਤੁਹਾਡੇ ਨਾਲ ਸਿਮਰਨ ਕੌਰ ਤੁਹਾਡੀ ਮੁਲਾਕਾਤ ਕਰਵਾਦੀਆਂ ਮੈਂ ਵੰਸ਼ਦੀਪ ਨਾਲ ਜੋ ਕਿ ਬਹੁਤ ਹੀ ਸੋਹਣਾ ਗਾਉਂਦੇ ਨੇ ਤੇ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਮੈਂ ਮੌਜੂਦ ਹਾਂ ਹੁਸ਼ਾਰਪੁਰ ਦੇ ਪਿੰਡ ਨੰਦਨਪੁਰਾ ਹਾਂ ਜੀ ਨੰਦਨਪੁਰਾ ਦੇ ਵਿੱਚ ਅਸੀਂ ਮੌਜੂਦ ਆ ਤੇ ਅਸੀਂ ਵੀਡੀਓ ਦੇਖੀ ਇਹਨਾਂ ਦੀ ਸੋਸ਼ਲ ਮੀਡੀਆ ਤੇ ਵੰਸ਼ਦੀਪ ਦੀ ਬਹੁਤ ਹੀ ਸੋਹਣਾ ਗਾਉਂਦੇ ਨੇ ਸੋ ਜਾਣ ਲੈਂਦੇ ਆ ਕਿ ਗਾਇਕੀ ਦਾ ਸ਼ੌਂਕ ਕਿੱਥੋਂ ਪਿਆ ਇਹਨਾਂ ਦਾ ਸੁਪਨਾ ਕੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਤੇ ਕੀ ਕਰਦੇ ਨੇ ਸਾਰਾ ਕੁਝ ਜਾਣ ਲੈਂਦੇ ਆ ਸਵੰਸ਼ ਸਵਾਗਤ ਹੈ ਤੁਹਾਡਾ ਰੰਗਲਾ ਟੀਵੀ ਤੇ ਹਾਂਜੀ ਸਸੀ ਗਾਲ ਜੀ ਸਾਰੇ ਦਰਸ਼ਕਾਂ ਨੂੰ ਜੀ ਮੈਂ ਤੁਹਾਡਾ ਆਪਣਾ ਵੰਸ਼ਦੀਪ ਸੋ ਵੰਸ਼ਦੀਪ ਨੇ ਵੰਸ਼ਦੀਪ ਦੇ ਬਾਰੇ ਆਪਾਂ ਸਾਰਾ ਕੁਝ ਜਾਣ ਲੈਂਦੇ ਆ ਸ਼ੁਰੂਆਤ ਜੇ ਆਪਾਂ ਇੱਕ ਗਾਣੇ ਤੋਂ ਹੀ ਕਰ ਲਈਏ ਕੋਈ ਵੀ ਗੀਤ ਕੋਈ ਵੀ ਜੋ ਵੀ ਤੁਹਾਨੂੰ ਪਸੰਦ ਹੋ ਉਹਲਾ ਕੋਈ ਵੀ ਗੀਤ ਸੁਣਾ ਦਿਓ ਤੂੰ ਸਜਣਾ ਰੱਬ ਦੇਨਾ ਵਰਗਾ ਕਿਤੇ ਆਉਂਦੇ ਜਾਂਦੇ ਸਾਂ ਵਰਗਾ ਤੂੰ ਸਜਣਾ ਰੱਬ ਦੇਨਾ ਵਰਗਾ ਕਿਤੇ ਆਉਂਦੇ ਜਾਂਦੇ ਸਾਂ ਵਰਗਾ ਤੈਨੂੰ ਪਾਉਣ ਲਈ ਅਜੀਵੇਂ ਸਜਣਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਕਰ ਹੀ ਨਹੀਂ ਸਕਦੇ ਐ ਤੇਰੇ ਬਿਨ ਮਰ ਤਾ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਕੀ ਬਾਤ ਹੈ ਬਹੁਤ ਹੀ ਸੋਹਣਾ ਗਾਉਂਦੇ ਨੇ ਮੇਰਾ ਦਿਲ ਕਰਿਆ ਸੀ ਕਿ ਮੈਂ ਕਹਦਾ ਰੁਕਿਓ ਨਾ ਹੋਰ ਸੁਣਾ ਦਿਓ ਸੋ ਮੈਨੂੰ ਇਹ ਦੱਸੋ ਤੁਸੀਂ ਗਾਉਂਦੇ ਬਹੁਤ ਸੋਹਣਾ ਤੁਸੀਂ ਕਿ ਤੂੰ ਸਿੱਖੇ हां जी ਘਰ ਦੇ ਘਰਦਿਆਂ ਤੋਂ ਸਿੱਖਿਆ ਹੀ ਚਾਚੇ ਹੋਂਾ ਤੋਂ ਤੇ ਮੰਮੀ ਮਾੜਾ ਮੋਟਾ ਸਿਖਾਉਂਦੇ ਜਦੋਂ ਰਾਤ ਨੂੰ ਜੇ ਦਿਲ ਕਰੇ ਅੱਛਾ ਮੰਮੀ ਵੀ ਗਾਉਂਦੇ ਆ ਹਾਂ ਜੀ ਮਾੜਾ ਮੋਟਾ ਗਾਉਂਦੇ ਮੰਮੀ ਅੱਛਾ ਤੇ ਤੇ ਛੋਟਾ ਪ੍ਰਾਜਦਾਈ ਜਿਹਦਾ ਹੀ ਗਾਣਾ ਗਾਉਂਦੇ ਉਹਦੇ ਪੇਟੀ ਪੂਟੀ ਵੀ ਆਉਣਾ ਪੈਂਦਾ ਜਿੱਦਾਂ ਠੀਕ ਐ ਕਿੰਨੀ ਉਮਰ ਹੈ ਬੰਸੀ ਮੇਰੀ 15 ਮੈਂ ਜੀ 15 ਸਾਲ 15 ਸਾਲ ਦਾ ਬੰਸ ਤੇ ਕਿਹੜੀ ਕਲਾਸ ਪੜਦਾ ਮੈਂ 10ਵੀਂ ਜੀ 10ਵੀਂ ਦੇ ਵਿੱਚ ਤੇ ਫਿਰ ਪੜਾਈ ਵੀ ਨਾਲ-ਨਾਲ ਚੱਲਦੀ ਹੈ ਨਾ ਜਾਂ ਫਿਰ ਗਾਇਕੀ ਵੱਲ ਜ਼ਿਆਦਾ ਧਿਆਨ ਦਿੰਦੇ ਹੋ ਮੈਂ ਗਾਇਕੀ ਵਾਲੀ ਜ਼ਿਆਦਾ ਧਿਆਨ ਦਉਂਦਾ ਹਾਂ ਜੀ ਤੇ ਫਿਰ ਕੀ ਸੁਪਨਾ ਕੀ ਹੈ ਹੁਣ ਤੁਹਾਡਾ ਕੋਈ ਪ੍ਰੋਜੈਕਟ ਵਗੈਰਾ ਮਿਲਿਆ ਕਰਨ ਨੂੰ ਜਾਂ ਫਿਰ ਕੋਈ ਹੋਰ ਕੋਈ ਕੌਣ-ਕੌਣ ਤੁਹਾਨੂੰ ਸਪੋਰਟ ਕਰਦਾ ਹੈ ਘਰ ਦੇ ਸਾਰੇ ਮੈਂਬਰ ਹੀ ਸਪੋਰਟ ਕਰਦੇ ਆ ਜਿਹੜੇ ਦੋਸਤ ਆ ਜਿੱਦਾਂ ਮੇਰੇ ਸਕੂਲ ਦੇ ਦੋਸਤ ਆ ਉਹ ਕਹਿੰਦੇ ਵੀਡੀਓ ਵਾਂਝ ਤੈਨੂੰ ਲਾਈਕ ਕੀਤਾ ਫੇਸਬੁੱਕ ਤੇ ਹਾਂ ਜੀ ਤੇ ਬਹੁਤ ਜਾਣੇ ਕਹਿੰਦੇ ਬਹੁਤ ਵਧੀਆ ਗਾਉਂਦਾ ਹੈ ਫੇਸਬੁੱਕ ਤੇ ਵੀ ਮੁੰਡੇ ਨੇ ਆਪਣਾ ਅਕਾਊਂਟ ਬਣਾਇਆ ਹੋਇਆ ਉੱਥੇ ਵੀਡੀਓਜ਼ ਪਾਉਂਦੇ ਹੋ ਤੁਸੀਂ ਨਹੀਂ ਨਹੀਂ ਉਹ ਹਮਦਰਦ ਹਮਦਰਦ ਚੈਨਲ ਵਾਲਿਆਂ ਨੇ ਪਾਈ ਸੀ ਮੇਰੀ ਵੀਡੀਓ ਕਿਸੇ ਹੋਰ ਚੈਨਲ ਨੇ ਕੀਤੀ ਹਾਂਜੀ ਹਾਂਜੀ ਠੀਕ ਹੈ ਤੁਸੀਂ ਵੈਸੇ ਸੋਸ਼ਲ ਮੀਡੀਆ ਚ ਲਾਉਂਦੇ ਹੋ ਨਹੀਂ ਨਹੀਂ ਐਸਾ ਚਲਾਉਂਦੇ ਵਿੱਚ ਮੇਰ ਤੋਂ ਗਲਤੀ ਹੋ ਗਈ ਕਿਸੇ ਹੋਰ ਚੈਨਲ ਨੇ ਵੀ ਇਹਨਾਂ ਦੀ ਕਵਰੇਜ ਕੀਤੀ ਸੀਗੀ ਤੇ ਇਹਨਾਂ ਦੇ ਦੋਸਤਾਂ ਨੇ ਦੇਖਿਆ ਤੇ ਕਾਫੀ ਹੱਲਾ ਸ਼ੇਰੀ ਦਿੱਤੀ ਹੈ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਵੰਸ਼ ਚਾਚਾ ਹੈ ਚਾਚੀ ਹੈ ਤੇ ਮੰਮੀ ਆ ਤੇ ਪਾਪਾ ਤੇ ਛੋਟਾ ਭਰਾ ਤੇ ਦਾਦਾ ਜੀ ਆ ਤੇ ਚਾਚੇ ਦੇ ਮੁੰਡੇ ਆ ਤੇ ਸਿਸਟਰ ਆ ਹੂੰ ਉਹ ਇਹ ਤਾਂ ਨਹੀਂ ਕਹਿੰਦਾ ਕਿ ਕੀ ਸਾਰਾ ਦਿਨ ਤੂੰ ਗਾਉਂਦਾ ਰਹਿੰਦਾ ਕਦੇ ਪੜ੍ਹ ਵੀ ਲਿਆ ਕਰ ਕਹਿੰਦੇ ਆ ਕਹਿੰਦੇ ਵੀ ਪੜ੍ਹ ਕਹਿੰਦਾ ਮੰਮੀ ਹੋਣੀ ਵੀ ਕਹਿੰਦੇ ਚਾਚੇ ਹੋਣੇ ਕਹਿੰਦੇ ਚਾਚੀ ਤੇ ਕੋਲ ਹੀ ਬੈਠੀ ਚਾਚੀ ਤੂੰ ਪੁੱਛ ਲੰਦਿਆਂ ਕਹਿੰਦੇ ਪੜ੍ਹਾਈ ਵਾਲੇ ਵੀ ਧਿਆਨ ਦਿਆ ਕਰ ਗਾਉਣ ਵਾਲੀ ਧਿਆਨ ਦੇਦਾਰੇ ਨਾ ਹੁਣ 10ਵੀਂ ਜਿੱਦਾਂ ਬੋਰਡ ਦੀ ਤੁਹਾਨੂੰ ਪਤਾ ਹੀ ਤੇ ਉਸ ਕਰਕੇ ਕਹਿੰਦੇ ਕਰਦੇ ਕਹਿੰਦੇ ਪੜ੍ਹਿਆ ਕਰੋ ਇਹ ਪੜ੍ਹਦੇ ਨਹੀਂ ਤੇ ਬਾਹਰ ਚੱਲ ਜਾਣਾ ਉੱਧਰ ਚਾਚੋ ਕੇ ਬਹਿਣ ਗਾਣਾ ਗੁਣ ਗਾਈ ਇਹਨਾਂ ਤੇ ਪੂਰੀ ਕਰਦੇ ਹੋ ਪਰ ਵੰਸ਼ ਮੈਂ ਵੀ ਤੁਹਾਨੂੰ ਸਲਾਹ ਦਵਾਂਗੀ ਕਿ ਪੜ੍ਹਾਈ ਵੀ ਨਾਲ-ਨਾਲ ਕਰਨੀ ਆ ਤੇ ਨਾਲ-ਨਾਲ ਆਪਣਾ ਸ਼ੌਂਕ ਵੀ ਇਹਨੂੰ ਵੀ ਨਾਲ ਲੈ ਕੇ ਚੱਲਣਾ ਤੇ ਕਿਹੜੇ ਗਾਇਕ ਨੂੰ ਤੁਸੀਂ ਫੋਲੋ ਕਰਦੇ ਹੋ ਕਿਹਨਾਂ ਨੂੰ ਤੁਸੀਂ ਮਤਲਬ ਦੇਖ ਦੇ ਕੇ ਤੁਹਾਨੂੰ ਹੁੰਦਾ ਕਿ ਮੈਂ ਇਹਨਾਂ ਦੇ ਵਰਗਾ ਗਾਉਣਾ ਸਿੱਖਣਾ ਆ ਕੌਣ ਨੇ ਉਹ ਦੋ ਜਣੇ ਇੱਕ ਖਾਨ ਸਾਹਿਬ ਤੇ ਇੱਕ ਮਾਸਟਰ ਸਲੀਮ ਅੱਛਾ ਤੇ ਉਹਨਾਂ ਨੂੰ ਜਿਆਦਾ ਬਹੁਤ ਪਸੰਦ ਕਰਦਾ ਉਹਨਾਂ ਨੂੰ ਮੈਂ ਅੱਛਾ ਤੁਸੀਂ ਰੋਜ਼ ਰਿਆਜ਼ ਵੀ ਕਰਦੇ ਹੋ ਫਿਰ ਹਾਂਜੀ ਹਾਂਜੀ ਰਿਆਜ਼ ਵੀ ਕਰੀਦਾ ਜੀ ਚਾਚੇ ਉਧਰ ਤੇ ਹਰਮੋਨੀਅਮ ਨਾਲ ਕੇਵਲ ਢੋਲਕੀ ਨਾਲ ਰਿਆਜ ਕਰੀਦਾ ਸੀ ਤੇ ਚਾਚਾ ਸਿਖਾਉਂਦਾ ਵੀ ਇੰਨਾ ਸੋਰ ਰੱਖਣਾ ਤੇ ਬਾੜਾ ਉੱਚਾ ਨਹੀਂ RAM ਨਗਾਉਣਾ ਹੌਲੀ ਹੌਲੀ ਤੇ ਬਸ ਕੀ ਲੱਗਦਾ ਹੈ ਗਾਇਕੀ ਚ ਕੋਈ ਕਰੀਅਰ ਬਣ ਜੂਗਾ ਕਿਉਂਕਿ ਅਸੀਂ ਦੇਖਿਆ ਕਿ ਤੁਸੀਂ ਕਾਫੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਹੈਨਾ ਕੀ ਲੱਗਦਾ ਹੈ ਕਰੀਅਰ ਬਣ ਜੂਗਾ ਕੋਈ ਬਤਾਨ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਦਰਸ਼ਕਾਂ ਨੂੰ ਵੀ ਤੁਹਾਨੂੰ ਕੋਈ ਸਪੋਰਟ ਕਰੇ ਤਾਂ ਕਿ ਤੁਹਾਨੂੰ ਵੀ ਕੋਈ ਅੱਗੇ ਲੈ ਕੇ ਆਵੇ ਹਾਂਜੀ ਹਾਂਜੀ ਦਰਸ਼ਕਾਂ ਨੂੰ ਕਹਿੰਦੇ ਆ ਜੀ ਸਪੋਰਟ ਕਰੋ ਦੇ ਵਧੀਆ ਲੱਗਦਾ ਗਾਣਾ ਜੀ ਉਦਾਂ ਤੇ ਗਰੀਬੀ ਜੀ ਆ ਤਾਂ ਕਰਕੇ ਥੋੜਾ ਘੱਟ ਗਟਗਾਈਦਾ ਇਸ ਗਾਣੇ ਮੈਂ ਲਾ ਲਿਆ ਸਾਵ ਸ਼ੈਤਾਨ ਪੂਰਤ ਹਾਂਜੀ ਹਾਂਜੀ ਸ਼ੈਤਾਨ ਪੂਰਤ ਪੜਾਈ ਵੀ ਨਾਲ-ਨਾਲ ਕਰਨੀ ਹੈ ਤੇ ਗਾਇਕੀ ਵੀ ਨਾਲ-ਨਾਲ ਚਾਲੂ ਰੱਖਣੀ ਐ ਅਸੀਂ ਵੀ ਅਪੀਲ ਕਰਾਂਗੇ ਕਿ ਅਗਰ ਕੋਈ ਸਪੋਰਟ ਕਰ ਸਕਦਾ ਵੰਸ਼ ਨੂੰ ਤਾਂ ਜ਼ਰੂਰ ਕੀਤਾ ਜਾਵੇ ਵੈਸੇ ਮੀਡੀਆ ਤਾਂ ਲਗਾਤਾਰ ਜੋ ਇਸ ਤਰ੍ਹਾਂ ਦਾ ਟੈਲੈਂਟ ਪਿੰਡਾਂ ਦੇ ਵਿੱਚ ਛੁਪਿਆ ਹੁੰਦਾ ਹੈ ਮੀਡੀਆ ਲਗਾਤਾਰ ਉਹਨਾਂ ਨੂੰ ਅੱਗੇ ਲੈ ਕੇ ਆਂਦਾ ਤੇ ਕਈ ਵਾਰ ਇਦਾਂ ਵੀ ਹੋਇਆ ਕਿ ਜਿਵੇਂ ਮੀਡੀਆ ਰੂਬਰੂ ਕਰਦਾ ਹੈ ਦਰਸ਼ਕਾਂ ਨੂੰ ਇਸ ਤਰ੍ਹਾਂ ਦੇ ਟੈਲੈਂਟ ਨੂੰ ਤਾਂ ਬਹੁਤ ਸਾਰੇ ਲੋਕ ਅੱਗੇ ਵੀ ਆਉਂਦੇ ਨੇ ਤਾਂ ਕਿ ਇਸ ਤਰ੍ਹਾਂ ਦਾ ਜੋ ਟੈਲੈਂਟ ਹੈ ਇਸ ਨੂੰ ਪ੍ਰਮੋਟ ਕੀਤਾ ਜਾ ਸਕੇ ਵੰਸ਼ ਮੈਂ ਇੱਕ ਹੋਰ ਗੀਤ ਸੁਣਾ ਤੁਹਾਡੇ ਕੋਲੋਂ ਮਾਸਟਰ ਸਲੀਮ ਦਾ ਜਿਵੇਂ ਤਾਂ ਅਸੀਂ ਦੱਸਿਆ ਕਿ ਤੁਹਾਡੇ ਪਸੰਦੀਦਾ ਗਾਇਕ ਨੇ ਖਾਨ ਸਾਹਿਬ ਤੁਹਾਡੇ ਫੇਵਰਿਟ ਸਿੰਗਰ ਨੇ ਇਹਨਾਂ ਦਾ ਕੋਈ ਵੀ ਤੁਸੀਂ ਗੀਤ ਸੁਣਾ ਦਿਓ ਸੁਣ ਚਰਖੇਂਦੀ ਮਿੱਠੀ ਮਿੱਠੀ ਕੂਕ ਮਾਇਆ ਮੈਨੂੰ ਯਾਦ ਆਂ ਮਦਾਂ ਸੁਣ ਚਰਖੇਂਦੀ ਮਿੱਠੀ ਮਿੱਠੀ ਕੂਕ ਮਾਇਆ ਮੈਨੂੰ ਯਾਦ ਆਂ ਮਦਾਂ ਮੇਰੇ ਦਿਲ ਵਿੱਚ ਉਠਦੀਏ ਹੂਕ ਮਾਇਆ ਮੈਨੂੰ ਯਾਦ ਆ ਆ ਮਦਾਂ ਸੁਣ ਚਰਖੇ ਦੀ ਮਿੱਠੀ ਮਿੱਠੀ ਕੁਕ ਕੀ ਬਾਤ ਹੈ ਮੈਨੂੰ ਐ ਹੁੰਦਾ ਕਿ ਵੰਸ਼ ਗਾਉਂਦਾ ਹੀ ਰਵੇ ਤੇ ਮੈਂ ਸੁਣਦੀ ਰਵਾਂ ਬਾਕੀ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਵੰਸ਼ੇ ਦੱਸੋ ਕਿ ਤੁਸੀਂ ਗਾਉਂਦੇ ਤਾਂ ਬਹੁਤ ਵਧੀਆ ਕਿ ਤੁਸੀਂ ਲਿਖਦੇ ਵੀ ਹੋ ਨਹੀਂ ਲਿਖਦਾ ਨਹੀਂ ਜੀ ਮੈਂ ਸ਼ੌਂਕ ਹੈ ਵੈਸੇ ਜਾਂ ਫਿਰ ਗੌਂਦ ਦਾ ਸ਼ੌਕ ਹੈ ਗੌਂਦ ਦਾ ਹੀ ਸ਼ੌਕ ਹੈ ਇਹ ਹਰ ਰੋਜ਼ ਤੁਸੀਂ ਫਿਰ ਕੀ ਕਰਦੇ ਹੋ ਆਪਣੇ ਪੂਰੇ ਦਿਨ ਦੇ ਵਿੱਚ ਕੀ ਕਰਦੇ ਹੋ ਕਿ ਗਾਇਕੀ ਨੂੰ ਲੈ ਕੇ ਕੁਝ ਹੋਰ ਵੀ ਕਿਸੇ ਹੋਰ ਤੋਂ ਵੀ ਗੁਰ ਲੈਂਦੇ ਹੋ ਜਾਂ ਫਿਰ ਜਾਂ ਫਿਰ ਸਿਰਫ ਚਾਚਾ ਜੀ ਤੋਂ ਹੀ ਹਲੇ ਸਿੱਖਦੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਮੰਮੀ ਵੀ ਤੁਹਾਡੇ ਤੇ ਰਾਤ ਨੂੰ ਕਈ ਵਾਰ ਹਨਾ ਤੁਹਾਨੂੰ ਦੱਸਦੇ ਆ ਵੀ ਨਹੀਂ ਐਦਾਂ ਨਹੀਂ ਐਦਾਂ ਸੁਰ ਲਗਾਣਾ ਸੋ ਹੋਰ ਕਿਸੇ ਨੂੰ ਤੁਸੀਂ ਚਾਹੁੰਦੇ ਹੋ ਕਿਸੇ ਤੋਂ ਸਿੱਖਣਾ ਸੰਗੀਤ ਜਾਂ ਫਿਰ ਕਿਸੇ ਤੋਂ ਹੋਰ ਤੋਂ ਸਿੱਖਦੇ ਹੋ हां जी मेरा फुफड़ भी जद्दा ना जद्दा कवाली है आ जी ओ मेरा फुफड़ भी मेनू जद्दा सखौंदे भी आ हारमोनियम वेआंदे भी दसया दसदे भी आ केंदे 10वीं पास करला तैनू जद्दा उथे ਲਾਉਣਾ ਵੱਡੇ ਜਿੱਥੇ ਮਾਸਟਰ ਸਲੀਮ ਹੋਣੀ ਵਧੀਆ ਸਖੌਂਦੇ ਉੱਥੇ ਕੇਂਦੇ ਬਸ ਪੜ ਲਾ 10वीं ਕਰ ਲਾਗੇ ਫਿਰ 10वीं ਕਰਨੀ ਕਿ ਨਹੀਂ ਕਰਨੀ ਕਰਨੀ ਆ 10वीं अच्छा ਹੁਣ ਪੜਦੇ ਵਣ ਸ਼ੁਰੂ ਹਾਂਜੀ ਪੜ ਲੈ ਇਹਦਾ ਕਈ ਕੁੜੀ ਨਹੀਂ ਬੋਲਣਾ ਨਹੀਂ ਨਹੀਂ ਪੜਦਾ ਸੀ ਬਿਲਕੁਲ ਵੰਸ਼ ਵੈਸੇ ਗਾਇਕੀ ਤਾਂ ਬਹੁਤ ਸੋਹਣੀ ਹੈ ਮੈਨੂੰ ਲੱਗਦਾ ਪੜ੍ਹਨ ਦੇ ਵਿੱਚ ਵੀ ਵੰਸ਼ ਬਹੁਤ ਇੰਟੈਲੀਜੈਂਟ ਹੋਏਗਾ ਕਿਉਂਕਿ ਮੈਂ ਦੇਖਿਆ ਅੱਖਾਂ 'ਚ ਸ਼ੈਤਾਨੀ ਤਾਂ ਬਹੁਤ ਹੈ ਇਸ ਟਾਈਮ ਸਾਡੇ ਨਾਲ ਵੰਸ਼ ਦੀ ਚਾਚੀ ਮੌਜੂਦ ਹੈ ਮੰਮੀ ਡੈਡੀ ਇਹਨਾਂ ਦੇ ਕੰਮ ਤੇ ਗਏ ਹੋਏ ਨੇ ਤੇ ਚਾਚੀ ਜੀ ਹੈਗੇ ਨਹੀਂ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਨੇ ਦੱਸਿਆ ਕਿ ਉਹ ਵੀ ਸਪੋਰਟ ਕਰਦੇ ਨੇ ਕਿਉਂਕਿ ਬਹੁਤ ਘੱਟ ਹੁੰਦਾ ਕਿ ਜਦੋਂ ਚਾਚੇ ਤਾਏ ਸਪੋਰਟ ਕਰਨ ਬੱਚੇ ਨੂੰ ਸੋ ਚਾਚੀ ਮੌਜੂਦ ਨਹੀਂ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਥੋੜਾ ਜਿਹਾ ਤੁਸੀਂ ਨਾ ਕੁਰਸੀ ਇੱਧਰ ਕਰ ਲਓ ਗੱਲ ਕਰ ਲਈਏ ਤੁਹਾਡੇ ਨਾਲ ਤੁਸੀਂ ਫਿਰ ਜਿਵੇਂ ਹੁੰਦਾ ਕਿ ਚਾਚੀਆਂ ਤਾਈਆਂ ਅਕਸਰ ਵੇਖਿਆ ਜਾਂਦਾ ਵੈਸੇ ਤਾਂ ਸਪੋਰਟ ਕਰਦੇ ਨੇ ਬਟ ਬਹੁਤ ਘੱਟ ਹੁੰਦਾ ਕਿ ਹਨਾ ਵੀ ਖਾਰਜੀ ਖਾਂਦੇ ਹੁੰਦੇ ਆ ਬੱਚਿਆਂ ਤੋਂ ਐਦਾ ਵਾ ਕੁਝ ਤਾਂ ਨਹੀਂ ਜਿਵੇਂ ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਬੜੇ ਖੁਸ਼ ਹੋਏ ਜਦੋਂ ਅਸੀਂ ਆਏ ਹਨਾ ਤਾਂ ਤੁਸੀਂ ਕਿਵੇਂ ਕਿਵੇਂ ਦੇਖਦੇ ਹੋ ਵੰਸ਼ ਦੀ ਇਸ ਕਲਾ ਨੂੰ ਹਾਂਜੀ ਅਸੀਂ ਕਹਿੰਨੇ ਚਲੋ ਸਾਡਾ ਬੱਚਾ ਵਾ ਇਹਨਾਂ ਦਾ ਡੈਡੀ ਜਿੰਦਾ ਦਿਮਾਗੀ ਤੌਰ ਤੇ ਆ ਤੇ ਹਾਂਜੀ ਤੇ ਚਲੋ ਕੁਝ ਨਾਮ ਰੋਸ਼ਨ ਆਪਣੇ ਮਾਪੇ ਦਾ ਕਰ ਲਵੇ ਤੇ ਉਹ ਨਾਲ ਸਾਡਾ ਵੀ ਨਾਲ ਹੋਣਾ ਵਾ ਵੀ ਸਾਡੀ ਘਰ ਦੀ ਫੈਮਿਲੀ ਦੇ ਵਿੱਚੋਂ ਆ ਤੇ ਚਲੋ ਮਾਲਕ ਇਹਨਾਂ ਨੂੰ ਅੱਗੇ ਲ ਜਾਵੇ ਤਾਂ ਹੋਰ ਸਾਨੂੰ ਕੀ ਚਾਹੀਦਾ ਅਸੀਂ ਇੱਕ ਵਾਰ ਇਹ ਜ਼ਰੂਰ ਵੇਖੋ ਕਿ ਚਲੋ ਉਹਨਾਂ ਦੇ ਮਦਰ ਵੀ ਆ ਹੀ ਗਏ ਕੰਮ ਤੋਂ ਆ ਗਏ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਂਦੇ ਆ ਕੌਣ ਨੇ ਮਦਰ ਏ ਮਦਰ ਨੇ ਜੀ ਨੇ ਤੇ ਮਦਰ ਵੀ ਆ ਗਏ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਲੈਂਦੇ ਆ ਪਹਿਲਾਂ ਤੁਹਾਡੇ ਨਾਲ ਗੱਲ ਕਰ ਲੈਂਦੇ ਕਿਉਂਕਿ ਤੁਹਾਡੇ ਨਾਲ ਗੱਲ ਚੱਲ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਖੁਸ਼ ਨੇ ਉਹ ਕਿ ਉਹਨਾਂ ਦੇ ਬੱਚੇ ਦੇ ਵਿੱਚ ਇੰਨੀ ਗਲ ਹੈ ਤੇ ਚਾਚੀ ਦਾ ਇੰਨਾ ਖੁਸ਼ ਹੋਣਾ ਮੇਰੇ ਲਈ ਤਾਂ ਮੈਂ ਪਹਿਲੀ ਵਾਰ ਦੇਖਿਆ ਕਿ ਕੋਈ ਚਾਚੀ ਤਾਏ ਜਾਂ ਫਿਰ ਇਦਾਂ ਖੁਸ਼ ਹੁੰਦੇ ਨਹੀਂ ਹੁੰਦੇ ਕਿਉਂਕਿ ਬਹੁਤ ਘੱਟ ਹੁੰਦੇ ਨੇ ਕਿ ਬੱਚੇ ਨੂੰ ਵੱਧਦਾ ਫੁੱਲਦਾ ਦੇਖਣ ਸੋ ਹੋਰ ਜਿਵੇਂ ਤੁਸੀਂ ਦੱਸਿਆ ਨਾਟ ਦੇ ਵੀ ਤੁਸੀਂ ਉਹਨੂੰ ਕਿ ਪਰਦਾ ਨਹੀਂ ਹਾਂ ਜੀ ਬੋ ਨਾਟ ਤੇ ਰੋਜ਼ ਬਹੁਤ ਪੈਂਦੀ ਆ ਅਸੀਂ ਕਈ ਦਾ ਨਾਲ ਗਾਉਣ ਦੇ ਨਾਲ ਪੜ ਵੀ ਨਾਲ ਕਿਸੇ ਦੀ ਸਮਝੌਤਾ ਕਰੋ ਕਿ ਨਾ ਸਮਝੋ ਤੇ ਬੱਚੇ ਨੂੰ ਸਿੱਖਿਆ ਮਿਲਦੀ ਵਧੀਆ ਤੇ ਬਾਕੀ ਉਹਦੇ ਚਾਚੂ ਉਹਨੂੰ ਬਹੁਤ ਜ਼ਿਆਦਾ ਲਾਇਕ ਕਰਦੇ ਆ ਨਾਲ ਗਵਾਉਂਦੇ ਵੀ ਆ ਇਹਨੂੰ ਇਸ ਕੰਮ ਤੇ ਵੀ ਲਵਾਇਆ ਸੀ ਵੀ ਵਿਹਲਾ ਨਾ ਫਿਰੇ ਵੀ ਲੱਕੜ ਦਾ ਕੰਮ ਸਿੱਖ ਲੈ ਚਲੋ ਆਪਣੀ ਰੋਟੀ ਚਲਾਈ ਜਾਊਗਾ ਤੇ ਉਹਨੂੰ ਪਰ ਗਾਇਕੀ ਦਾ ਜ਼ਿਆਦਾ ਸ਼ੌਂਕ ਹੈ ਹਾਂਜੀ ਤੇ ਫਿਰ ਚਾਚਾ ਜੀ ਤਾਂ ਸਿਖਾਉਂਦੀ ਸਿਖਾਉਂਦੇ ਨੇ ਤੁਸੀਂ ਵੀ ਸਿਖਾਉਂਦੇ ਹੋ ਤੁਹਾਨੂੰ ਹੈ ਸ਼ੌਂਕ ਮੈਨੂੰ ਨਹੀਂ ਇਹਨਾਂ ਨੂੰ ਸ਼ੌਂਕ ਬੱਚਿਆਂ ਦੇਖੀ ਜਾਈਦਾ ਗਾਉਂਦਿਆਂ ਨੂੰ ਆਪ ਨੂੰ ਤੇ ਕੁਝ ਨਹੀਂ ਆਉਂਦਾ ਹੋਣ ਵੰਸ਼ਦੇਵ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਪਹਿਲਾਂ ਆਗੇ ਸੀਗੇ ਤਾਂ ਇਹ ਕੰਮ ਤੇ ਗਏ ਹੋਏ ਸੀ ਤੇ ਹੁਣ ਜਦੋਂ ਇੰਟਰਵਿਊ ਚੱਲ ਰਹੀ ਸੀ ਤਾਂ ਇਹ ਮੌਕੇ ਤੇ ਆਗੇ ਤਾਂ ਅਸੀਂ ਸੋਚਿਆ ਕਿ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰ ਲਈਏ ਕਿਸ ਤਰ੍ਹਾਂ ਇੱਕ ਦੇ ਵੰਸ਼ਦੇ ਵਿੱਚ ਇੰਨਾ ਟੈਲੈਂਟ ਹੈ ਇੰਨਾ ਸੋਹਣਾ ਗੁੰਦੇ ਨੇ ਹਾਂਜੀ ਸਾਨੂੰ ਬਹੁਤ ਵਧੀਆ ਲੱਗਦਾ ਅਸੀਂ ਸਮਝਾਉਨੇ ਬਹੁਤ ਇਹਨੂੰ ਵੀ ਚਲੋ ਪੁੱਤ ਤੁਸੀਂ ਕੁਝ ਬਣ ਜਾਓ ਅਸੀਂ ਤਾਂ ਇਦਾਂ ਚੱਲ ਸਾਡਾ ਜੋ ਕਰਮਾ ਚ ਲਿਖਿਆ ਰੱਬ ਨੇ ਉਹ ਕਰੀ ਜਾਣਾ ਤਾਨੂੰ ਰੋਟੀ ਖਵਾਈ ਜਾਣੀ ਹੁਣ ਇਹਨਾਂ ਦੀ ਮਰਜ਼ੀ ਆ ਆਨੇ ਪੜਵੀ ਲਓ ਤੇ ਜੋ ਆਪਣਾ ਤੁਹਾਡਾ ਦਿਲ ਕਰਦਾ ਵਾ ਗਾਉਂ ਵਜਾਓ ਰਿਆਜ਼ ਕਰੋ ਤੇ ਅੱਗੇ ਵਧੋ ਦੁਨੀਆਦਾਰੀ ਵੀ ਤੁਹਾਨੂੰ ਵੇਖ ਕੇ ਖੁਸ਼ ਹੋਊਗੀ ਮਾਪੇ ਵੀ ਤੁਹਾਨੂੰ ਵੇਖ ਕੇ ਖੁਸ਼ ਹੋਊਗਾ ਕਿਉਂਕਿ ਬਹੁਤ ਕੱਟ ਹੁੰਦਾ ਕਿ ਸਪੋਰਟ ਮਿਲਦੀ ਬੱਚੇ ਨੂੰ ਤੇ ਤੁਸੀਂ ਪੂਰੀ ਸਪੋਰਟ ਕਰ ਰਹੇ ਹੋ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਵੰਸ਼ ਦੇ ਡਾਂਟ ਵਗੈਰਾ ਵੀ ਪੈਂਦੀ ਹੈ ਵੰਸ਼ ਸਾਰਾ ਦਿਨ ਘੁੰਮਦੇ ਫਿਰਦੇ ਹੋ ਜਾਂ ਫਿਰ ਇੱਕ ਟਾਈਮ ਰੱਖਿਆ ਹੋਇਆ ਤੁਸੀਂ ਨਹੀਂ ਜਿੱਦ ਅਗਲੀਆਂ ਵਿੱਚ ਘੁੰਮਦਾ ਉਹ ਹਾਂਜੀ ਤੇ ਜਦੋਂ ਦੋਸਤਾਂ ਨਾਲ ਖੇਡੀ ਜਾਂਦਾ ਤੇ ਉਹ ਕਹਿੰਦੇ ਸੁਣਾ ਦੇ ਸੁਣਾ ਦੇ ਗਾਣਾ ਕੋਈ ਸੁਣਾਉਂਦਾ ਵਾ ਫਿਰ ਘਰੇ ਮੰਮੀ ਪਾਪਾ ਨੂੰ ਸੁਣਾਉਂਦੇ ਕੋਈ ਗੀਤ ਵਗੈਰਾ ਹਾਂਜੀ ਘਰੇ ਸੁਣਾਉਂਦੇ ਆ ਜੀ ਜਿਹੜੇ ਇਹਨਾਂ ਨੂੰ ਸੁਣਾਉਂਦੇ ਹੋ ਜਿਹੜੇ ਇਹਨਾਂ ਨੂੰ ਸੁਣਾਉਂਦੇ ਗੀਤ ਉਹ ਸਾਨੂੰ ਸੁਣਾ ਦਿਓ ਕਿ ਕਿਨਾਂ ਲਈ ਕਿਨਾਂ ਲਈ ਮੰਮੀ ਪਾਪਾ ਨੂੰ ਸੁਣਾਉਂਦੇ ਹੁੰਦੇ ਹਾਂਜੀ ਸਾਰੇ ਸਾਰੀ ਫੈਮਲੀ ਨੂੰ ਠੀਕ ਆ ਹੁਣ ਤੁਹਾਡੀ ਇੱਕ ਹੋਰ ਫੈਮਲੀ ਬਣਨ ਜਾ ਰਹੀ ਹੈ ਜੋ ਸਾਡੀ ਫੈਮਲੀ ਆ YouTube ਤੇ ਸਾਡੇ ਰੰਗਲਾ ਟੀਵੀ ਦੀ ਉਹ ਹੁਣ ਤੁਹਾਡੀ ਫੈਮਲੀ ਵੀ ਬਣੂਗੀ ਉਹਨਾਂ ਨੂੰ ਉਹਨਾਂ ਨੂੰ ਵੀ ਸੁਣਾ ਦਿਓ ਬੜਾ ਮਹਿੰਗਾ ਪੈ ਗਿਆ ਪਿਆਰੀ ਤੇਰਾ ਮਹੀਵੇ ਬੜਾ ਮਹਿੰਗਾ ਪੈ ਗਿਆ ਪਿਆਰੀ ਤੇਰਾ ਮਹੀਵੇ ਹੋ ਲੁੱਟ ਲਈ ਗਰੀਬਾਨੀ ਦੀ ਤੂਤੇ ਬਾਦਿ ਸ਼ਾਹੀਵੇ ਬੜਾ ਮਹਿੰਗਾ ਪੈ ਗਿਆ ਪਿਆਰੀ ਤੇਰਾ ਮਹੀਵੇ ਬੜਾ ਮਹਿੰਗਾ ਪੈ ਗਿਆ ਵੈ ਨਾਲੇ ਲੋਕੀ ਤਨੇ ਦਿੰਦੇ ਵੈ ਨਾਲੇ ਲੋਕੀ ਹੱਸਦੇ ਲੁੱਟ ਲੈ ਆਵੈ ਰਿਓਨੇ ਪਾੜ ਵੀ ਨਹੀਂ ਸਕਦੇ ਪਾਲઈએ ਆਪੇ ਗਲੇ ਇਸ਼ਕ ਦੀ ਫਹੀਵੇ ਪਲਈਏ ਅਪੇ ਗਲ ਇਸ਼ਕ ਦੀ ਫਹੀਵੇ ਹੋ ਲੁੱਟ ਲਈ ਗਰੀਬਾਨੀ ਦੀ ਤੋਤੇ ਬਾਂਦ ਸ਼ਹੀਵੇ ਬੜਾ ਮਹੰਗਾ ਪੇ ਗਿਆ ਪਿਆਰੇ ਤੇਰਾ ਮਹੀ ਵੇ ਬੜਾ ਮਹਿੰਗਾ ਪੈਗ ਬਹੁਤ ਖੂਬ ਬਹੁਤ ਖੂਬ ਫਿਰ ਤੁਸੀਂ ਕਿਸ ਤਰ੍ਹਾਂ ਦੱਸਦੇ ਰਹਿੰਦੇ ਹੋ ਵੀ ਇੰਪਰੂਵਮੈਂਟ ਕਰਦੇ ਆ ਫਿਰ ਇਹ ਜਿਵੇਂ ਤੁਸੀਂ ਦੱਸਦੇ ਹੋ ਵੀ ਇੱਥੇ ਆ ਚੀਜ਼ ਨਹੀਂ ਇੱਥੇ ਆ ਚੀਜ਼ ਕਰਨੀ ਤਾਂ ਸਿੱਖਦਾ ਫਿਰ ਇਹ ਹਾਂਜੀ ਸਿੱਖ ਲੈਂਦਾ ਹਾਂਜੀ ਐਦਾਂ ਆਪਣੇ ਚਾਚਿਆਂ ਕੋਲੋਂ ਸਿੱਖਦਾ ਵਾ ਉੱਥੇ ਜੇ ਕਿਤੇ ਭੁੱਲ ਜਾਂਦਾ ਤੇ ਅਸੀਂ ਕਹਿ ਦਈਦਾ ਵੀ ਇਥੋਂ ਐਦਾਂ ਕਹਿ ਤੇ ਉਦਾਂ ਹੀ ਕਹਿਣ ਲੱਗ ਜਾਂਦਾ ਕੀ ਚਾਹੁੰਦੇ ਹੋ ਤੁਸੀਂ ਆਪਣੇ ਬੱਚੇ ਦੇ ਲਈ ਵੀ ਜਿਸ ਤਰ੍ਹਾਂ ਸੀ ਦੇਖਿਆ ਕਿ ਘਰ ਦੀ ਹਾਲਾਤ ਥੋੜੇ ਜਿਹਾ ਠੀਕ ਨਹੀਂ ਹੈ ਤਾਂ ਕੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਬੱਚੇ ਦੀ ਮਦਦ ਹੋਵੇ ਤਾਂ ਕਿ ਕਿਉਂਕਿ ਸਾਡੇ ਨਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਦਰਸ਼ਕ ਵੀ ਹੁੰਦੇ ਨੇ ਕਿ ਟੈਲੈਂਟ ਨੂੰ ਲੱਭਦੇ ਫਿਰਦੇ ਹੁੰਦੇ ਨੇ ਤੇ ਉਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਤਾਂ ਕੀ ਅਪੀਲ ਕਰੋਗੇ ਦਰਸ਼ਕਾਂ ਨੂੰ ਅਸੀਂ ਆਨੇ ਸਾਡਾ ਵੀ ਕੋਈ ਸੋਚੇ ਗਰੀਬਾਂ ਦਾ ਤੇ ਗਾਂ ਮੇਰੇ ਬੱਚੇ ਦਾ ਵੀ ਕੋਈ ਰੋਸ਼ਨ ਨਾ ਹੋ ਜਾਏ ਤੇ ਉਹਨਾਂ ਦਾ ਵੀ ਭਲਾ ਤੇ ਸਾਡਾ ਵੀ ਭਲਾ ਹੋ ਜਾਊਗਾ ਜਿਹੜਾ ਇਹਨੂੰ ਵਿਚਾਰੇ ਨੂੰ ਗਾਂ ਇਹਦਾ ਨਾਂ ਰੋਸ਼ਨ ਕਰੂਗਾ ਇਹ ਤਾਂ ਵੰਸ਼ ਜਾਂਦੇ ਜਾਂਦੇ ਅਸੀਂ ਇੱਕ ਹੋਰ ਗੀਤ ਸੁਣਾ ਤੁਹਾਡੇ ਕੋਲੋਂ ਕੋਈ ਵੀ ਗੀਤ ਸੁਣਾ ਦਿਓ ਹੋਇਆਂ ਅਖੀਆਂ ਨੂੰ ਜਗਰਾਤੇ ਦੇਗੀ ਖੁਸ਼ੀਆਂ ਮੇਰੀਆਂ ਨਾਲ ਹੀ ਲੈ ਗਈ ਜੋ ਦਇਆ ਨੇ ਸੁਪਨੇ ਤੋੜੇ ਆ ਮੈਂ ਸਾਰੇ ਗਿਣਦਾ ਆ ਉਹ ਡਾਲਰ ਗਣਦੀ ਐ ਤੇ ਮਤਾਰੇ ਗਿਣਦਾ ਆ ਓ ਗਾਲੀ ਨਾਲ ਲਾ ਲੇ ਗੈਰੀ ਹੋਸਨੇ ਪਿਆਰ ਮੇਰੇ ਨੂੰ ਮਾਰ ਕੇ ਠੇਡਾ ਓ ਪਿੰਡ ਨੰਦਰਪੁਰ ਪੁਲਗੀ ਹੋਣੀ ਹੁਕਮ ਦੀਏ ਵਿਚਕਨੇ ਡਾ ਜੋ ਜਾਇ ਉਹਨੇ ਲਾਏ ਉਂਗਲਾਂ ਉੱਤੇ ਲਾਰੇ ਗਿਣਦਾ ਆ ਓ ਧਾ ਗਿਣੇ ਦੀਏ ਤੇ ਮਤਾਰ ਗਿਣਦਾ ਆ ਅੰਸ਼ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੇ ਤੁਹਾਡੀ ਫੈਮਿਲੀ ਨੂੰ ਮਿਲ ਕੇ ਸੋ ਸਾਡਾ ਕੰਮ ਸੀਗਾ ਟੈਲੈਂਟ ਨੂੰ ਤੁਹਾਡੇ ਨਾਲ ਰੂਬਰੂ ਕਰਵਾਉਣ ਦਾ ਤੇ ਹੁਣ ਅਸੀਂ ਵੀ ਚਾਹੁੰਦੇ ਆ ਕਿ ਇਸ ਬੱਚੇ ਦੀ ਮਦਦ ਕੀਤੀ ਜਾਵੇ ਇਸ ਬੱਚੇ ਨੂੰ ਅੱਗੇ ਲੈ ਕੇ ਆਂਦਾ ਜਾਵੇ ਕਿਉਂਕਿ ਟੈਲੈਂਟ ਬਹੁਤ ਆ ਬਹੁਤ ਹੀ ਸੋਹਣਾ ਗਾਉਂਦੇ ਨੇ ਸੋ ਕੋਈ ਵੀ ਕੰਟੈਕਟ ਨੰਬਰ ਦੇਦੇ ਹੋ ਤੁਸੀਂ ਤਾਂ ਕਿ ਅਗਰ ਤੁਹਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਣ ਸੋ ਵਨਸ਼ ਦੇ ਚਾਚਾ ਜੀ ਦਾ ਨੰਬਰ ਅਸੀਂ ਤੁਹਾਨੂੰ ਦੇ ਰਿਹਾ 8146 460 460 48 ਸੋ ਏ ਜੀ ਨੰਬਰ ਹੈ ਵੰਸ਼ ਦੇ ਚਾਚਾ ਜੀ ਦਾ ਅਗਰ ਤੁਸੀਂ ਕੋਈ ਵੀ ਇਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਇੱਕ ਕੰਮ ਦੇ ਰਿਗਾਰਡਿੰਗ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਜ਼ਰੂਰ ਕਰੋ ਕਿਉਂਕਿ ਬਹੁਤ ਟੈਲੈਂਟ ਹੈ ਵੰਸ਼ ਦੇ ਵਿੱਚ ਵੰਸ਼ ਨੂੰ ਬਸ ਅੱਗੇ ਲੈ ਕੇ ਆਉਣ ਦੀ ਲੋੜ ਹੈ ਤਾਂ ਫਿਰ ਧਮਾਲਾ ਪਾ ਦੇਗਾ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਮਿਤ ਖੰਨਾ ਦੇ ਨਾਲ ਸਿਮਰਨ ਕੌਰ ਰੰਗਲਾ ਟੀਵੀ ਸਤਿ ਸ਼੍ਰੀ ਅਕਾਲ